ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਿੱਧਕ ਡੇਅਰੀ ਫਾਰਮਿੰਗ ਦੇ ਵਿੱਚ। ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਇਹ ਨਿਹਾਲ ਸਿੰਘ ਵਾਲਾ ਖਾਸ ਸ਼ਹਿਰ ਦੇ ਵਿੱਚੋਂ ਤਹਿਸੀਲ ਆ ਦੋਸਤੋ ਮੋਗੇ ਜ਼ਿਲ੍ਹੇ ਦੀ ਨਿਹਾਲ ਸਿੰਘ ਵਾਲਾ। ਬਾਘੇ ਪੁਰਾਣੇ ਤੋਂ ਸੜਕ ਬਰਨਾਲੇ ਨੂੰ ਜਿਹੜੀ ਲੰਘਦੀ ਉਹ ਨਿਹਾਲ ਸਿੰਘ ਵਾਲੇ ਦੇ ਵਿੱਚ ਦੀ ਲੰਘਦੀ ਹੈ। ਬਹੁਤ ਵੀਡੀਓ ਇਹਦੇ ਆਸ ਪਾਸ ਦੀਆਂ ਬਣਾਈ ਦੀਆਂ ਜਦੋਂ ਦੱਸੀਦਾ ਵੀ ਤਹਿਸੀਲ ਨਿਹਾਲ ਸਿੰਘ ਵਾਲਾ ਪੈਂਦੀ ਹੈ। ਅੱਜ ਸ਼ਹਿਰ ਦੇ ਵਿੱਚੋਂ ਹੀ ਇੱਕ ਘਰ ਹੈ ਜਿੱਥੇ ਮੈਂ ਇਹ ਵੀਡੀਓ ਬਣਾ ਰਿਹਾ। ਬਾਈ ਜੀ ਉਹਰੀ ਖੇਤੀਬਾੜੀ ਦੇ ਨਾਲ ਨਾਲ ਪਸ਼ੂ ਪਾਲਣ ਦਾ ਕੰਮ ਕਰਦੇ ਹੈ। ਇਹਨਾਂ ਕੋਲ ਇੱਕ ਇਹ ਮੱਝ ਵਿਕਾਊ ਹੈ ਨਸਲ ਨੀਲੀ ਰਾਵੀ, ਸੰਭੀ ਚੰਗੀ ਹੈ। ਦੁੱਧ ਕਿੰਨਾ ਕੁ ਦਿੱਤਾ ਉਹ ਬਾਈ ਜੀ ਉਹਰੀ ਆਪਾਂ ਨੂੰ ਦੱਸ ਦੇਣਗੇ। ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖ ਲਿਓ। ਜਿਹਨੂੰ ਇਹ ਮੱਝ ਪਸੰਦ ਆ ਜੂਗੀ ਉਹ ਵੀਰ ਤਸੱਲੀ ਆ ਕੇ ਕਰ ਲੂਗਾ। ਨੰਬਰ ਸਕਰੀਨ ਉੱਤੇ ਚੱਲਦਾ ਰਹਿਣਾ। ਤਿਆਰੀ ਹੋਣ ਦੀ ਵੀ ਸੋਹਣੀ ਹੈ ਪਰ ਹਜੇ ਇਹ ਮੱਝ ਕੱਚੀ ਹੈ, ਦਿਨ ਹਜੇ ਲੈਂਦੀ ਹੈ। ਇੱਕ ਜ਼ਰੂਰ ਧਿਆਨ 'ਚ ਕਰ ਲਿਓ ਦੋਸਤੋ ਵੀ ਮੱਖੀਆਂ ਥੋੜ੍ਹਾ ਜਿਹਾ ਜ਼ਿਆਦਾ ਆ ਪੈਰਾਂ 'ਤੇ ਤੁਹਾਨੂੰ ਦਿਸਦੀਆਂ ਹੋਣਗੀਆਂ, ਉਹਦੇ ਕਰਕੇ ਪਸ਼ੂ ਥੋੜ੍ਹਾ ਬਹੁਤ ਇਸ ਤਰ੍ਹਾਂ ਜਿਹੜਾ ਉਹ ਇੱਧਰ ਉੱਧਰ ਜਾਂਦਾ ਜਾਂ ਪੈਰ ਮਾਰਦਾ। ਚਾਰਾਂ ਪੈਰਾਂ ਦੇ ਉੱਤੇ ਮਾਰਕਿੰਗ ਪ੍ਰੋਪਰ ਆ ਦੋਸਤੋ, ਪਰਲੇ ਪੈਰ 'ਤੇ ਵੀ ਵਾਈਟ ਰੰਗ ਹੈਗਾ, ਗੁਲਾਬੀ ਸਕਿਨ ਹੈਗੀ ਹੈ, ਪਿਛਲੇ ਪੈਰ ਵੀ ਤੁਸੀਂ ਦੇਖੋਗੇ। ਬਾਂਤਰ ਮੱਝ ਦੀ ਪਹਿਲਾਂ ਦੇਖੋ, ਹਾਲਾਂਕਿ ਤੋਰ ਕੇ ਵੀ ਦਿਖਾਉਣੀ ਹੈ ਇੱਕ ਵਾਰ ਸਾਈਡ ਨੂੰ ਜਾਂਦੀ ਦਾ ਹਵਾਨਾ ਦੇਖ ਲਓ, ਇੰਨਾ ਕੁ ਤਿਆਰ ਹੈ। ਅਤੇ ਦਿਨ ਹਜੇ ਇਹ ਕਿੰਨੇ ਕੁ ਲਊਗੇ ਉਹ ਆਪਾਂ ਬਾਈ ਤੋਂ ਜਾਣਕਾਰੀ ਇਹਦੇ ਬਾਰੇ ਲੈ ਲੈਂਦੇ ਹਾਂ। ਆਓ ਡਿਟੇਲ ਪੁੱਛੀਏ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ। ਨਾਮ ਆਪਣਾ ਦੱਸ ਦਿਓ ਬਾਈ। ਨਾਮ ਗੁਰਲਾਲ ਸਿੰਘ ਜੀ। ਠੀਕ ਹੈ ਗੁਰਲਾਲ ਬਾਈ, ਅੱਜ ਆਪਾਂ ਜਿਹੜੀ ਇਹ ਵੀਡੀਓ ਬਣਾ ਰਹੇ ਹਾਂ ਇਹ ਆਪਣੇ ਘਰੋਂ ਆ ਜਾਂ ਇੱਧਰ? ਆਪਣੇ ਚਾਚਾ ਜੀ ਦੇ ਘਰੋਂ ਆ ਜੀ। ਠੀਕ ਹੈ, ਇਹਨਾਂ ਦਾ ਕੀ ਨਾਮ ਆ ਬਾਈ? ਇਹਨਾਂ ਇਹ ਪਰਵਿੰਦਰ ਸਿੰਘ। ਠੀਕ ਹੈ। ਅੱਛਾ ਬਾਈ, ਅੱਜ ਇੱਕ ਮੱਝ ਵੇਚਣ ਲੱਗੇ ਹਾਂ, ਵੈਸੇ ਇਹ ਦੁੱਧ 'ਤੇ ਲਾਏ ਹੋਏ ਪਸ਼ੂ ਹੈ ਜਾਂ ਵਪਾਰ ਦਾ? ਦੁੱਧ 'ਤੇ ਆ ਜੀ। ਕਿੰਨਵਾਂ ਸੂਆ ਮੱਝ ਨੇ ਸੁਣਾ? ਇਹ ਚੌਥਾ ਸੂਆ ਹੁਣ ਸੁਣਦੀ ਆ ਜੀ। ਠੀਕ ਹੈ, ਇਹ ਆਪਣੀ ਘਰ ਦੀ ਹੈ ਜਾਂ ਖਰੀਦੀ ਹੋਈ ਹੈ? ਨਹੀਂ ਖਰੀਦੀ ਸੀ ਪਿਛਲੇ ਸਾਲ ਜੀ। ਪਿਛਲੇ ਸਾਲ ਖਰੀਦੀ ਸੀ? ਹਾਂਜੀ। ਕੀ ਦੁੱਧ ਦਿੰਦੀ ਰਹੀ ਆਪਣੇ ਕੋਲ? ਪਿਛਲੀ ਵਾਰੀ 16-17 ਲੀਟਰ ਦੁੱਧ ਦਿੱਤਾ ਜੀ ਆਪਣੇ ਕੋਲ ਆ ਕੇ। ਹਾਂਜੀ। ਹੁਣ ਕਿੰਨੇ ਕੁ ਦਿਨ ਲਊ ਬਾਈ? ਹਜੇ ਲੈ ਜੂ ਜੀ 8-9 ਦਿਨ। 8-9 ਦਿਨ ਹਜੇ ਲੈ ਜੂਗੀ? ਹਾਂਜੀ। ਕੀ ਡਿਮਾਂਡ ਕਰਦੇ ਹੋ ਇਹਦੀ ਬਾਈ? ਇਹਦੀ 1.45 ਕਰਦੇ ਹਾਂ। ਅੱਛਾ, ਇਹਦੇ ਟੀਕਾ ਭਰਾਇਆ ਜਾਂ ਇਹ ਕ੍ਰੋਸ ਕਰਾਈ? ਇਹ ਟੀਕਾ ਭਰਾਇਆ ਸੀਗਾ ਜੀ ਆਪਾਂ। ਠੀਕ ਹੈ, ਚੰਗੇ ਸੀ ਮਨ ਦਾ ਜੀ। ਉਹ ਸੰਭਾਲਿਆ ਜਾਂ ਨਹੀਂ? ਨਹੀਂ, ਸਟਰਾ ਨਹੀਂ ਸੰਭਾਲਿਆ? ਨਹੀਂ। ਠੀਕ ਹੈ। ਸੋ ਦੱਸੋ, ਸਟਰਾ ਨਹੀਂ ਸੰਭਿਆ, ਸੂਆ ਚੌਥਾ ਬਾਈ ਕਹਿੰਦਾ ਸੁਣਦੀ ਹੈ, ਤੀਜੇ ਸੂਏ ਖਰੀਦੀ ਸੀ, ਦੁੱਧ ਦਿੱਤਾ 16-17 ਲੀਟਰ ਪਿਛਲੇ ਸੂਏ ਦੇ ਵਿੱਚ। ਆਫ ਕੈਮਰਾ ਜਿਹੜੀ ਗੱਲਬਾਤ ਹੋਈ ਸੀ ਬਾਈ ਜੀ ਹੋਰੀ ਦੱਸਦੇ ਸੀ ਵੀ ਜਿੱਥੋਂ ਖਰੀਦੀ ਸੀ ਉਹ ਕਹਿੰਦੇ 20 ਲੀਟਰ ਦੁੱਧ ਦਿੰਦੀ ਹੈ, ਪਰ ਕਈ ਵਾਰ ਘਰ ਦਾ ਪਸ਼ੂ ਓਪਰਾ ਕਰ ਜਾਂਦਾ ਜਾਂ ਹੋ ਸਕਦਾ ਵੀ ਦੁੱਧ ਇਹ ਇੰਨੇ ਦੀ ਕਪੈਸਿਟੀ ਵਾਲੀ ਹੋਵੇ 16-17 ਲੀਟਰ ਵਾਲੀ। ਸੋ ਇਸ ਵਾਰ ਜੋ ਬਣਾਵਟ ਹੈ ਦੀ ਤੁਸੀਂ ਹੁਣ ਵੀਡੀਓ 'ਚੋਂ ਦੇਖ ਰਹੇ ਹੋ, ਟੇਢੇ ਕੱਟਦੀ ਮੱਝ ਆ ਦੱਸੋ, ਸਿੰਗ ਥੋੜ੍ਹਾ ਖੁੱਲ੍ਹਾ ਹੈ ਉਹ ਤੁਹਾਡੇ ਸਾਹਮਣੇ ਹੈ, ਢਾਂਚਾ ਵਜ਼ਨ ਬਹੁਤ ਹੈ, ਹਾਈਟ ਨੀਲੀ ਰਾਵੀ ਦੀ ਆਮ ਤੌਰ 'ਤੇ ਬਹੁਤੀ ਵੱਡੀ ਮੱਝ ਨਹੀਂ ਦੇਖੀ, ਮਤਲਬ ਉਸੇ ਹਿਸਾਬ ਜੇ 'ਤੇ ਤੁਸੀਂ ਹਾਈਟ ਦੀ ਜਜਮੈਂਟ ਕਰ ਲਓ। ਹਾਲਾਂਕਿ ਹੈ ਵੱਡੀਆਂ ਮੱਝਾਂ, ਮੈਂ ਗਲਤ ਗੱਲ ਕਹਿ ਰਿਹਾ ਕਿਉਂਕਿ ਕਈ ਬਹੁਤ ਵੱਡੇ ਵੱਡੇ ਕੱਦ ਦੀਆਂ ਨੀਲੀ ਰਾਵੀ 'ਚ ਮੱਝਾਂ ਹੈਗੀਆਂ, ਪਰ ਇਹਦੀ ਹਾਈਟ ਜਿਹੜੀ ਉਹ ਮੀਡੀਅਮ ਹੈ। ਟੇਢਾ ਕੱਟ, ਅੱਖ ਜਿਹੜੀ ਉਹ ਗੁਲਾਬੀ ਹੈ ਦੱਸੋ, ਚਾਰਾਂ ਪੈਰਾਂ ਦੇ ਉੱਤੇ ਮਾਰਕਿੰਗ ਪ੍ਰੋਪਰ ਹੈ, ਥਣਾਂ 'ਚ ਬਿੱਥੀ ਸੋਹਣੀ ਹੈ, ਬਣਾਵਟ ਇਹਦੀ ਤੁਸੀਂ ਹੁਣ ਦੇਖ ਸਕਦੇ ਹੋ। ਹਵਾਨਾ ਹਜੇ 10 ਦਿਨ ਲੈਂਦੀ ਹੈ ਮੱਝ, ਹੁਣ ਦਾ ਵੀ ਚੰਗਾ, ਬਾਕੀ ਜਦੋਂ ਨੇੜ ਆ ਜੂਗੀ ਉਦੋਂ ਹੋਰ ਭਰ ਜਾਣਾ। ਪਿਛਲੇ ਸੂਏ ਇਹਨੇ ਮੇਲਕਾਫ ਨੂੰ ਜਨਮ ਦਿੱਤਾ ਅਤੇ ਕੱਟਾ ਸਾਹਮਣੇ ਆ ਬਾਈ ਜੀ ਹੋਰਾਂ ਕੋਲ, ਮਤਲਬ ਇੱਦਾਂ ਦੇ ਬੱਚੇ ਇਹ ਮੱਝ ਤੋਂ ਲਏ ਜਾ ਸਕਦੇ ਆ। ਨੀਲੀ ਰਾਵੀ ਨਸਲ 'ਚ ਪੈਂਦੀ ਹੈ ਦੱਸੋ। ਹਵਾਨਾ ਫਿਰ ਦੇਖੋ ਤੁਸੀਂ ਇਸ ਮੱਝ ਦਾ, ਥੋੜ੍ਹਾ ਜਿਹਾ ਮੱਖੀਆਂ ਪਤਾ ਨਹੀਂ ਕਿਉਂ ਜਿਹੜੀਆਂ ਵੱਧ ਹੋਈਆਂ ਪਈਆਂ ਪਸ਼ੂਆਂ 'ਤੇ ਸਾਰਿਆਂ 'ਤੇ। ਸੋ ਸਾਈਡ ਤੋਂ ਜਿਹੜੇ ਆਪਾਂ ਥਣਾਂ 'ਚ ਬਿੱਥੀ ਦੀ ਗੱਲ ਕਰੀਏ ਤਾਂ ਉਹ ਵੀ ਤੁਹਾਨੂੰ ਜ਼ਰੂਰ ਦਿਖਾਉਣ ਦੀ ਕੋਸ਼ਿਸ਼ ਕਰੂੰਗਾ। ਇਸ ਸਾਈਡ ਤੋਂ ਤੁਸੀਂ ਇੱਕ ਵਾਰ ਪਹਿਲਾਂ ਪਿਛਾਂ ਤੋਂ ਹੀ ਹਵਾਨਾ ਦੇਖੋ, ਹੁਣ ਕਲੀਅਰ ਹਵਾਨਾ ਦਿਖਾ ਰਹੀ ਸੀ ਬਾਈ। ਪੂਛ ਫੜੋ ਮੜੀ ਇਹਦੀ। ਸੋ ਹੁਣ ਆਸੇ ਪਾਸੇ ਨੂੰ ਜਾਊਗੀ ਮੱਝ ਤਾਂ ਵੀ ਹਵਾਨਾ ਤੁਸੀਂ ਇਹਦਾ ਦੇਖ ਲਓਗੇ। ਛੱਡ ਦੇ ਬਾਈ।
ਸੋ ਥਣਾ 'ਚ ਬਿੱਥੀ ਦੀ ਮੈਂ ਗੱਲ ਕੀਤੀ ਸੀ ਦੋਸਤੋ, ਤਾਂ ਇੱਥੋਂ ਤੁਸੀਂ ਇਹਦੇ ਥਣਾ 'ਚ ਬਿੱਥੀ ਦੇਖ ਸਕਦੇ ਹੋ, ਢਾਂਚਾ ਜਿਹੜਾ ਉਹ ਮੱਝ ਦਾ ਕਲੀਅਰ ਦਿਸਦਾ। ਸੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਹੀ ਮੱਝ ਵਿਕਾਊ ਸੀ ਅਤੇ ਇਹਦਾ ਜਿਹੜਾ ਰੇਟ ਬਾਈ ਜੀ ਉਹਨਾਂ ਨੇ ਰੱਖਿਆ ਉਹ 1,45,000 ਹੈ। ਥੋੜ੍ਹਾ ਬਹੁਤਾ ਮਾਨ ਤਾਨ ਹੋ ਜੂਗਾ, ਬਾਕੀ ਜਿਹੜਾ ਭਰਾ ਪਸੰਦ ਕਰੇ ਆ ਕੇ ਦੇਖੋ, ਤਸੱਲੀ ਕਰੋ। ਚੰਗੀ ਸਾਂਭੀ ਹੋਈ ਮੱਝ ਬਾਈ ਜੀ ਹੋਰੀ ਵਿਕਾਊ ਕਰ ਰਹੇ ਆ, ਬਾਕੀ ਜਿਹਨੂੰ ਜਚੇ ਉਹ ਵੀਰ ਕਾਲ ਕਰਕੇ ਕੰਟੈਕਟ ਬਾਈ ਹੋਰਾਂ ਨਾਲ ਬਣਾ ਸਕਦਾ। ਇੱਕ ਹੀ ਨਗ ਸੀ ਅੱਜ ਦੀ ਵੀਡੀਓ ਦੇ ਵਿੱਚ। ਧੰਨਵਾਦ ਦੱਸੋ ਇਸ ਵੀਡੀਓ ਨੂੰ ਦੇਖਣ ਲਈ।